ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਅੱਜ 15 ਸਤੰਬਰ ਨੂੰ ਭਾਰਤ ਦਾ ਇੰਜੀਨੀਅਰ ਡੇ, ਯਾਨੀ ਕਿ ਅੱਜ ਪੂਰੇ ਭਾਰਤ ਦੇ ਵਿੱਚ ਇੰਜੀਨੀਅਰ ਡੇ ਮਨਾਇਆ ਜਾਂਦਾ। ਤੁਹਾਨੂੰ ਦੱਸਦੀ ਕਿ ਖਾਸ ਕਰਕੇ ਭਾਰਤ ਦੇਸ਼ ਦੀ ਤਰੱਕੀ ਦਾ ਜਿਹੜਾ ਮੇਨ ਜਿਹੜਾ ਮੁੱਢਲਾ ਸਤੰਭ ਹੈ ਉਹ ਭਾਰਤ ਦੇ ਉਹ ਇੰਜੀਨੀਅਰ ਜਿਨ੍ਹਾਂ ਨੇ ਪੂਰੇ ਵਰਲਡ ਦੇ ਵਿੱਚ ਆਪਣੀ ਧਾਕ ਕਮਾਈ ਹੈ। ਤਾਂ ਉਹ ਇਸੇ ਜਿਹੜਾ ਇਹਨਾਂ ਦੇ ਭਾਰਤ ਦੇ ਜਿਹੜੇ ਪਹਿਲੇ ਆਪਣੇ ਇੰਜੀਨੀਅਰ ਸੀ ਉਹਨਾਂ ਦਾ ਨਾਮ ਸੀ ਮੋਕਸ਼ ਮੁਰਗਰਦਮ ਵਿਸ ਵਧਰਈਆ। ਤਾਂ ਉਹ ਕਨਾਡਾ ਤੋਂ ਬਿਲੋਂਗ ਕਰਦੇ ਸੀ। ਤਸਵੀਰਾਂ ਦਾ ਦਿਖਾ ਰਹੇ ਜਿਹਦਾ ਅੱਜ ਫੰਕਸ਼ਨ ਕੀਤਾ ਜਾ ਰਿਹਾ ਲੁਧਿਆਣਾ ਵਿਖੇ। ਇਹ ਤਮਾਮ ਉਹ ਇੰਜੀਨੀਅਰ ਹੈ ਜਿਨ੍ਹਾਂ ਨੇ ਆਪਣੇ ਪੰਜਾਬ ਲਈ, ਦੇਸ਼ ਲਈ ਬੜਾ ਕੁਛ ਉਹ ਕੰਮ ਕੀਤੇ ਹੈ, ਜਿੱਥੇ ਅੱਜ ਉਸ ਇੰਜੀਨੀਅਰ ਦੇ ਨਾਮ ਨੂੰ ਵੀ ਜਾਣਿਆ ਜਾਂਦਾ ਹੈ। ਤੋ 15 ਸਤੰਬਰ ਦਾ ਦਿਨ ਜਿਹੜਾ ਹੁੰਦਾ ਆ ਉਹ ਭਾਰਤ ਦਾ ਯਾਨੀ ਕਿ ਨੈਸ਼ਨਲ ਇੰਜੀਨੀਅਰ ਡੇ ਮਨਾਇਆ ਜਾਂਦਾ। ਤਾਂ ਇਹ ਸਾਰੇ ਪ੍ਰੋਗਰਾਮ ਦਾ ਕਿਸ ਤਰ੍ਹਾਂ ਹੁੰਦਾ ਦੇਖਿਆ ਜਾਂਦਾ। ਅੱਜ ਕੱਲ੍ਹ ਜੋ ਹਾਲਾਤ ਹੁੰਦੇ ਇੰਜੀਨੀਅਰ, ਬੜੀ ਵਧੀਆ ਨਵੀਂ ਟੈਕਨੋਲੋਜੀ ਆ ਗਈਆਂ, ਅਤੇ ਜਿਹੜਾ ਹੁਣ ਜਿਹੜਾ ਪੰਜਾਬ ਦੀ ਗੱਲ ਕਰਦੇ, ਪੰਜਾਬ ਦੇ ਵਿੱਚ ਕਾਫੀ ਤਰੱਕੀ ਹੋ ਗਈ ਹੈ। ਤਾਂ ਕਿਸ ਤਰ੍ਹਾਂ ਫਲਾਈਓਵਰ ਬਣਦੇ ਆ, ਕੋਈ ਵੱਡੀ ਬਿਲਡਿੰਗ ਬਣਦੀ, ਅਤੇ ਸਾਰਾ ਇਹ ਸਾਰਾ ਜਿਹੜਾ ਸ਼੍ਰੇ ਜਾਂਦਾ ਇਹ ਭਾਰਤ ਪੰਜਾਬ ਦੇ ਉਹਨਾਂ ਇੰਜੀਨੀਅਰ ਦਾ। ਤਾਂ ਗੱਲਬਾਤ ਕਰਦੇ ਮੇਰੇ ਵਾਸਤੇ ਮੌਜੂਦ ਹੈ ਇੰਸਟੀਚਿਊਟ ਆਫ ਇੰਜੀਨੀਅਰ ਦੇ ਡਾਇਰੈਕਟਰ ਚੇਅਰਮੈਨ ਮਿਸਟਰ ਅਰਵਿੰਦ ਜੀ। ਦੇਖਦੇ ਹੋ ਅੱਜ ਬੜਾ ਵੱਡਾ ਦਿਨ ਹੈ, 15 ਸਤੰਬਰ ਨੂੰ ਇੰਜੀਨੀਅਰ ਡੇ ਮਨਾਇਆ ਜਾਂਦਾ, ਕਿਸ ਤਰ੍ਹਾਂ ਦੇਖਦੇ ਸਾਰੇ ਜਵਾਬ? ਨਮਸਕਾਰ ਦੋਸਤੋ, ਅੱਜ 57th ਇੰਜੀਨੀਅਰਸ ਡੇ ਹੈਗਾ ਜਿਹੜਾ ਕਿ ਅਸੀਂ ਮਨਾਉਂਦੇ ਹਾਂ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਈਆ ਦੀ ਯਾਦ ਦੇ ਵਿੱਚ। ਇਸ ਵਾਰ ਦਾ ਜਿਹੜਾ ਥੀਮ ਚੁਣਿਆ ਗਿਆ ਹੈ ਇੰਸਟੀਟਿਊਸ਼ਨ ਆਫ ਇੰਜੀਨੀਅਰਸ ਹੈੱਡਕੁਆਰਟਰ ਕਲਕੱਤਾ ਵੱਲੋਂ, ਉਹ ਹੈਗਾ ਸਸਟੇਨੇਬਲ ਡਿਵੈਲਪਮੈਂਟ ਥਰੂ AI ਆਰਟੀਫਿਸ਼ਲ ਇੰਟੈਲੀਜੈਂਸ। ਅੱਜ ਦੇ ਦਿਨ ਤੁਸੀਂ ਦੇਖੋਗੇ ਕਿ ਹਰ ਚੀਜ਼ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਚੱਲ ਰਹੀ ਹੈ, ਹਰ ਖੇਤਰ ਦੇ ਵਿੱਚ AI ਦਾ ਬਹੁਤ ਵੱਡਾ ਯੋਗਦਾਨ ਹੈ। ਅਤੇ ਇੱਥੇ ਸਾਡੇ ਕੋਲ ਅੱਜ ਬਹੁਤ ਹੀ ਉੱਘੇ ਇੰਜੀਨੀਅਰ ਪਹੁੰਚੇ ਹੋਏ ਨੇ ਲੁਧਿਆਣਾ ਸਮਾਰਟ ਸਿਟੀ ਤੋਂ। ਸਾਡੇ ਚੀਫ ਗੈਸਟ ਨੇ ਇੰਜੀਨੀਅਰ ਸੰਦੀਪ ਕੰਵਰ ਜੀ, ਅਤੇ ਨਾਲ ਹੀ ਸਾਡੇ ਆਨਰੇਰੀ ਸੈਕਟਰੀ ਸੁਰਿੰਦਰ ਸਿੰਘ ਜੀ ਨੇ, ਉਹਨਾਂ ਦੇ ਨਾਲ ਸਾਡੇ ਦੋ ਐਕਸਪਰਟ ਸਪੀਕਰ ਨੇ ਡਾਕਟਰ ਅਮਿਤ ਕਾਮਰਾ ਅਤੇ ਡਾਕਟਰ ਰਾਜਵਿੰਦਰ ਬਾਂਸਲ। ਹੋਰ ਵੀ ਬੜੇ ਕਈ ਉੱਘੇ ਇੰਜੀਨੀਅਰ, ਸਾਡੇ ਪੁਰਾਣੇ ਸੈਕਟਰੀ ਆਨਰੇਰੀ ਚੇਅਰਮੈਨਸ ਸਾਰੇ ਇੱਥੇ ਅਵੇਲੇਬਲ ਨੇ। ਸਾਰੇ ਇੰਜੀਨੀਅਰਸ ਮਿਲ ਕੇ ਅੱਜ ਅਸੀਂ ਇਸ ਇੱਕ ਪ੍ਰਣ ਲੈ ਰਹੇ ਹਾਂ ਕਿ ਅਸੀਂ AI ਦੇ ਨਾਲ ਆਪਣੇ ਭਾਰਤ ਨੂੰ ਇੱਕ ਸਸਟੇਨੇਬਲ ਭਾਰਤ ਬਣਾਵਾਂਗੇ, ਵਧੀਆ ਭਾਰਤ ਬਣਾਵਾਂਗੇ, ਉੱਗੇ ਤਰੱਕੀ ਦੇ ਰਾਹ 'ਤੇ ਚੱਲਾਂਗੇ। ਧੰਨਵਾਦ। ਲੋਕਾਂ ਨੂੰ ਪਤਾ ਹੁੰਦਾ ਜਿਹੜਾ ਭਾਰਤ ਦੇ ਸਭ ਤੋਂ ਜਿਹੜੇ ਪਹਿਲੇ ਇੰਜੀਨੀਅਰ ਸੀ ਮੋਕਸ਼ ਮੁਗਦਮ ਸੀ, ਜਿਹੜੇ ਜਿਨ੍ਹਾਂ ਨੇ ਕਰਨਾਟਕ ਤੋਂ ਬਿਲੋਂਗ ਕਰਦੇ ਸੀ, ਕਾਫੀ ਇਸ ਹਿੰਦੁਸਤਾਨ ਦੀ ਪਹਿਲੇ ਉਹ ਤਰੱਕੀਆਂ ਦੇ ਵਿੱਚ ਆਪਣਾ ਇੱਕ ਯੋਗਦਾਨ ਦਿੱਤਾ ਸੀ। ਤਾਂ ਉਹਨਾਂ ਨੂੰ ਭਾਰਤ ਦਾ ਵੀ ਅਵਾਰਡ ਕੀਤਾ ਗਿਆ ਸੀ, ਪਦਮ ਸ਼੍ਰੀ ਨਾਲ ਵੀ ਅਵਾਰਡ ਕੀਤਾ ਗਿਆ ਸੀ। ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਸੀ ਭਾਰਤ ਦੇ ਵਿੱਚ ਜਲ ਸਰੋਤ ਨਾਲ ਕੀਤੀ ਗਈ ਸੀ। ਸਰ ਇਹਨਾਂ ਨੇ 1900 ਦੇ ਵਿੱਚ ਮੈਸੂਰ ਦੇ ਵਿੱਚ ਜਦੋਂ ਉੱਥੇ ਰਾਜਾ ਹੁੰਦਾ ਸੀਗਾ, ਉਹਨੇ ਇਹਨਾਂ ਨੂੰ ਦੱਸਿਆ ਵੀ ਪ੍ਰੋਬਲਮ ਹੈਗੀ ਹੈ ਮੈਸੂਰ ਦੇ ਵਿੱਚ, ਪਾਣੀ ਨਹੀਂ ਹੈਗਾ, ਲੇਕਿਨ ਕਾਵੇਰੀ ਨਦੀ ਹਰ ਸਾਲ ਫਲੱਡ ਆਉਂਦਾ। ਅਤੇ ਇਹਨਾਂ ਨੇ ਉਸ ਟਾਈਮ 'ਤੇ ਇੱਕ ਡੈਮ ਉਲੀਕਿਆ ਜਿਹੜਾ ਕਿ ਹੁਣ ਵੀ 1 of the highest ਡੈਮਸ ਇਨ ਦੀ ਵਰਲਡ ਹੈਗਾ। ਉਸ ਤੋਂ ਬਾਅਦ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਗਾਰਡਨ ਜਿਹਨੂੰ ਵਰਿੰਦਾਵਨ ਗਾਰਡਨ ਕਹਿੰਦੇ ਆ, ਉਹ ਬਣਾਇਆ। ਉਸ ਤੋਂ ਬਾਅਦ ਇਹਨਾਂ ਨੇ ਦੇਸ਼ ਤੋਂ ਬਾਹਰ ਜਾ ਕੇ ਵੀ ਬਹੁਤ ਸਾਰੇ ਵਾਟਰ ਪ੍ਰੋਜੈਕਟਸ ਕੀਤੇ। ਇਹਨਾਂ ਇਹੋ ਜਿਹਾ ਡਰੇਨੇਜ ਸਿਸਟਮ ਬਣਾਇਆ ਮੈਸੂਰ ਦਾ ਜਿਹੜਾ ਕਿ ਅੱਜ ਤੱਕ ਬਹੁਤ ਹੀ ਵਧੀਆ ਚੱਲ ਰਿਹਾ। ਔਰ ਇਸ ਕਰਕੇ ਇਹਨਾਂ ਨੂੰ ਭਾਰਤ ਸਰਕਾਰ ਨੇ ਅਵਾਰਡ ਵੀ ਕੀਤਾ। ਔਰ ਇਹਨਾਂ ਦਾ ਇੱਕ ਹੀ ਵਿਜ਼ਨ ਸੀਗਾ ਕਿ ਜਿੰਨੀ ਵੱਡੀ ਇੰਡਸਟਰੀ ਹੋਏਗੀ ਉਨੀ ਜ਼ਿਆਦਾ ਗਰੋਥ ਹੋਏਗੀ। ਉਸ ਨੂੰ ਲੈ ਕੇ ਤਾਂ ਬਹੁਤ ਹੀ ਵਧੀਆ ਇਹਨਾਂ ਨੇ ਉਪਰਾਲੇ ਕੀਤੇ ਔਰ ਬਹੁਤ ਅੱਛਾ ਕੰਮ ਕੀਤਾ। ਇਸ ਕਰਕੇ ਇਹਨਾਂ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ। ਔਰ ਇਹ ਹੀ ਵਾਜ਼ ਵਨ ਆਫ ਦੀ ਫਸਟ ਇੰਜੀਨੀਅਰਸ ਜਿਹੜੇ ਕਿ ਕਾਲਜ ਆਫ ਇੰਜੀਨੀਅਰਿੰਗ ਅੱਜ ਕੱਲ੍ਹ ਜਿਹਨੂੰ ਕਹਿੰਦੇ ਹਾਂ ਆਪਾਂ, ਉੱਥੇ ਕਾਲਜ ਸੀਗਾ, ਉੱਥੋਂ ਦੇ ਗ੍ਰੈਜੂਏਟ ਸੀਗੇ ਸਿਵਲ ਇੰਜੀਨੀਅਰਿੰਗ ਦੇ। ਜੋ ਪਹਿਲਾਂ ਵਾਲੀ ਦੀ ਜਿਹੜੀ ਇੰਜੀਨੀਅਰ ਲੋਕ ਕਰਦੇ ਸੀ, ਅੱਜ ਕੱਲ੍ਹ ਜਿਹੜੀ ਹੁਣ ਬੜੀ ਇੱਕ ਐਡਵਾਂਸ ਟੈਕਨੋਲੋਜੀ ਆ ਗਈ ਇੰਜੀਨੀਅਰਿੰਗ 'ਚ, ਮਸ਼ੀਨਾਂ ਨਵੀਂ ਟੈਕਨੋਲੋਜੀ, ਕਿਸ ਤਰ੍ਹਾਂ ਦੇ ਕਿੰਨਾ ਫਰਕ ਪੈ ਗਿਆ, ਕਿਸ ਤਰ੍ਹਾਂ ਦੀ ਆ ਪੰਜਾਬ ਦੇ, ਕਿਸ ਤਰ੍ਹਾਂ ਆਪਾਂ ਲੋਕ ਤਰੱਕੀ ਕਰ ਰਹੇ? ਸਰ ਇਸ ਤਰ੍ਹਾਂ ਹੈ ਕਿ ਤਰੱਕੀ ਤਾਂ ਦੇਖੋ ਹੋਣੀ ਹੀ ਹੋਣੀ ਹੈ, ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ। ਹਰ
ਖੇਤਰ ਦੇ ਵਿੱਚ ਹੋ ਰਹੀ ਹੈ ਔਰ ਇੰਜੀਨੀਅਰਿੰਗ ਦਾ ਖੇਤਰ ਇੱਦਾਂ ਦਾ ਖੇਤਰ ਹੈ ਜਿਸ ਵਿੱਚ ਹਰ ਚੀਜ਼ 'ਚ ਡਿਵੈਲਪਮੈਂਟ ਹੋ ਰਹੀ ਹੈ। ਹਰ ਚੀਜ਼ ਨੂੰ ਅਸੀਂ ਤਰੀਕਾ, ਹਰ ਆਦਮੀ ਚਾਹੁੰਦਾ ਕਿ ਮੈਂ ਸੁਖਾਲੇ ਤਰੀਕੇ ਨਾਲ ਕਰ ਲਾਂ। ਉਹਨੂੰ ਸੁਖਾਲੇ ਤਰੀਕੇ ਨਾਲ ਕਰਨ ਲਈ ਤੁਸੀਂ ਦੇਖੋ, ਪਹਿਲਾਂ ਤਾਰਾਂ ਵਾਲੇ ਫੋਨ ਸੀਗੇ, ਹੁਣ ਤੁਹਾਡੇ ਕੋਲ ਮੋਬਾਈਲ ਹੈਗਾ, ਪਹਿਲਾਂ ਤੁਹਾਡੇ ਕੋਲ ਮਾਈਕ੍ਰੋਵੇਵ ਨਹੀਂ ਹੁੰਦਾ ਸੀਗਾ, ਹੁਣ ਤੁਹਾਡੇ ਕੋਲ ਮਾਈਕ੍ਰੋਵੇਵ ਹੈਗਾ, ACs ਹੈਗੇ ਨੇ, ਬਹੁਤ ਕੁਛ ਹੈਗਾ ਜਿਹਦੇ ਨਾਲ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ। ਔਰ ਅਸੀਂ ਸਾਰੇ ਪੰਜਾਬ ਦੇ ਵਿੱਚ ਖਾਸ ਕਰ ਅਸੀਂ ਜੇ ਗੱਲ ਕਰੀਏ ਤਾਂ ਇਹੋ ਜਿਹੀ ਕਈ ਚੀਜ਼ਾਂ ਹੋ ਰਹੀਆਂ ਨੇ ਜਿਹਨਾਂ, ਜਿਵੇਂ ਸਮਾਰਟ ਸਿਟੀਜ਼ ਬਣ ਰਹੀਆਂ ਨੇ, ਸਮਾਰਟ ਸਿਟੀ ਦੇ ਵਿੱਚ AI ਦਾ ਬਹੁਤ ਜ਼ਿਆਦਾ ਰੋਲ ਹੈ। ਨਾਲ ਹੀ ਸਾਡੀ ਜਿਹੜੀ ਐਗਰੀਕਲਚਰ ਹੈ, ਕਿਉਂਕਿ ਅਸੀਂ ਪ੍ਰੀਡੋਮੀਨੈਂਟਲੀ ਐਗਰੀਕਲਚਰ ਬੇਸਡ ਸੁਸਾਇਟੀ ਹਾਂ, ਇਹਦੇ ਵਿੱਚ ਵੀ AI ਦਾ ਬੜਾ ਯੋਗਦਾਨ ਹੈ ਔਰ ਇਹਦੇ ਨਾਲ ਸਾਡੀ ਪ੍ਰੋਡਿਊਸ ਔਰ ਸਾਡੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਵਧੇਗੀ। ਧੰਨਵਾਦ। ਕੀ ਮੈਸੇਜ ਹੈ ਅੱਜ ਇੰਜੀਨੀਅਰ ਡੇ ਦੇ ਉੱਪਰ ਤੁਹਾਡੇ ਵੱਲੋਂ? ਸਰ, ਮੇਰੇ ਵੱਲੋਂ ਤਾਂ ਇਹੀ ਹੈ ਜੀ ਕਿ ਲੈਟ ਅਸ ਬਿਕਮ ਬੈਟਰ ਇੰਜੀਨੀਅਰਸ ਐਂਡ ਲੈਟ ਅਸ ਕੰਟਰੀਬਿਊਟ ਟੂ ਦੀ ਨੇਸ਼ਨਸ ਪ੍ਰੋਗਰੈਸ ਇਨ ਐਨੀ ਵੇ ਵਿੱਚ ਵੀ ਫੀਲ। ਇੱਕ ਇੱਕ ਸਟੈਪ ਚੱਲਦੇ ਚੱਲੀਏ, ਸਾਡਾ ਦੇਸ਼ ਬਹੁਤ ਅੱਗੇ ਪਹੁੰਚ ਜਾਏਗਾ ਔਰ ਅਸੀਂ ਸਾਰੇ ਭਾਰਤ ਨੂੰ ਦੇਖਾਂਗੇ ਉਸ ਮਹਾਨ ਭਾਰਤ ਦੇ ਰੂਪ 'ਚ ਜਿਹਨੂੰ ਅਸੀਂ ਯਾਦ ਕਰਦੇ ਹਾਂ ਹੁਣ ਵੀ। ਥੈਂਕ ਯੂ। ਤੁਹਾਨੂੰ ਦੱਸ ਦਈਏ ਕਿ ਅੱਜ 15 ਸਤੰਬਰ ਨੂੰ ਇੱਕ ਭਾਰਤ ਦਾ ਇੰਜੀਨੀਅਰ ਡੇ ਮਨਾਇਆ ਜਾਂਦਾ। ਤੁਹਾਨੂੰ ਦੱਸ ਦਈਏ ਕਿਹੜਾ 15 ਸਤੰਬਰ ਨੂੰ ਜਿਹੜਾ ਇਹ ਦਿਨ ਹੈ ਉਹ ਕਰਨਾਟਕ ਦੇ ਹੀ ਉਸ ਇੰਜੀਨੀਅਰ ਜਾਂਦਾ, ਭਾਰਤ ਦੇ ਪਹਿਲੇ ਇੰਜੀਨੀਅਰ ਜਿਹੜੇ ਮੋਕਸ਼ ਮੁਗਰਦਮ ਸੀ, ਜਿਨ੍ਹਾਂ ਨੇ ਜਲ ਸਰੋਤ ਦੀ ਉੱਥੇ ਇੱਕ ਡੈਮ ਦੀ ਸ਼ੁਰੂਆਤ ਕੀਤੀ ਸੀ ਮੈਸੂਰ ਦੇ ਵਿੱਚ। ਕਿਤੇ ਕਿਤੇ ਆ ਕੇ ਅੱਜ 15 ਸਤੰਬਰ ਨੂੰ ਪੂਰੇ ਭਾਰਤ ਦੇ ਵਿੱਚ ਉਸ ਭਾਰਤ ਦੇ ਪਹਿਲੇ ਇੰਜੀਨੀਅਰ ਨੂੰ ਯਾਦ ਕਰਕੇ, ਉਹਨਾਂ ਦੇ ਜਨਮ ਦਿਨ ਅਤੇ ਦਿਹਾੜੇ ਨੂੰ ਯਾਦ ਕੀਤਾ ਜਾਂਦਾ ਅਤੇ ਅੱਜ ਪੂਰੇ ਇੰਜੀਨੀਅਰ ਦਿਖਾ ਸਕੇ ਸਮਾਰਟ ਸਿਟੀ, ਜਿਹੜਾ ਅੱਜ ਉਹਨਾਂ ਦਾ ਇੰਜੀਨੀਅਰ ਯੋਗਦਾਨ ਆ, ਅੱਜ ਉਹਨਾਂ ਦਾ ਕਾਫੀ ਯੋਗਦਾਨ ਇਸ ਸਮਾਰਟ ਸਿਟੀ ਨੂੰ, ਪੰਜਾਬ ਦੇ ਹਰ ਉਸ ਸ਼ਹਿਰ ਨੂੰ ਜਿਹੜੇ ਸਮਾਰਟ ਸਿਟੀ ਅਧੀਨ ਆਉਂਦੇ ਆ, ਤਾਂ ਬਹੁਤ ਵੱਡਾ ਯੋਗਦਾਨ ਆ ਉਹਨਾਂ ਭਾਰਤ ਦੇ ਇੰਜੀਨੀਅਰ ਦਾ। ਕੈਮਰਾਮੈਨ ਬੋਬੀ ਨਾ ਸੰਜੀਵ ਸ਼ਰਮਾ, ਡੈਨੀ ਸਾਈ ਟੀਵੀ ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।